ਸੂਰਿ ਨਾਥ ਵਸਾਂਦੀ ਸੇਵਾ ਕਰ ਮਨ 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 ਸੂਰਿ ਨਾਥ ਵਸਾਂਦੀ ਸੇਵਾ ਕਰਨੀ ਮਨ ਲਖਣੀ ਕੜੀ ਸਾਨੂੰ ਫਿਰ ਵੀ ਮਿਲ ਲਖਣੀ ਕੜੀ ਸਾਨੂੰ ਫਿਰ ਵੀ ਮਿਲੇ ਲੱਖ ਵਾਰੀ ਦਿਸ ਲਖਣੀ ਖੜੀ ਸਾਨੂੰ ਫਿਰ ਵੀ ਮਿਲੇ ਲੱਖ ਵਾਰੀ ਸੁਖੀ ਬਸੇ ਮਹਾਰਾਜ ਸੰਗਤ ਤੇਰੀ ਸੁਖੀ ਬਸੇ ਸੁਖੀ ਬਸੇ ਮਹਾਰਾਜ ਸੰਗਤ ਤੇਰੀ ਸੁਖੀ ਬਸੇ ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਸਵਾਗੇ 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 ਸਵਾਗੇ
ਸਮੂਹ ਪਰਿਵਾਰ ਵੱਲੋਂ ਪ੍ਰਧਾਨ ਸ਼ੇਰ ਸਿੰਘ ਜੀ ਦਾ ਸਨਮਾਨ ਕੀਤਾ ਜਾਂਦਾ ਹੈ ਸਰੋਪਾ ਦੇ ਨਾਲ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਪਰ ਅੰਬਾਰ ਤੂੰ ਤੇਰੇ ਦਰ ਤੋਂ ਬਿਨ ਨਾ
ਬਰਨਾਲਾ ਦੇ ਮਸ਼ਹੂਰ ਕਸਬਾ ਮਹਿਲ ਕਲਾਂ ਵਿਖੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਸਮੂਹ ਕਮੇਟੀ ਨਗਰ ਦੀਆਂ ਦੋਵੇਂ ਗ੍ਰਾਮ ਪੰਚਾਇਤਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਸਾਲ ਦੀ ਤਰ੍ਹਾਂ ਪੰਜ ਪ੍ਰਭਾਤ ਫੇਰੀਆਂ ਦਾ ਆਯੋਜਨ ਬੜੀ ਸ਼ਰਧਾ ਭਾਵਨਾ ਦੇ ਨਾਲ ਅਤੇ ਪਿਆਰ ਸਤਿਕਾਰ ਨਾਲ ਕੀਤਾ ਗਿਆ, ਜਿਸ ਵਿੱਚ ਇਲਾਕੇ ਦੀਆਂ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਾਮਿਲ ਹੋ ਕੇ ਇਲਾਹੀ ਬਾਣੀ ਦਾ ਆਨੰਦ ਮਾਣਿਆ ਤੇ ਨਗਰ ਦੀ ਸੰਗਤ ਵੱਲੋਂ ਜਗ੍ਹਾ ਜਗ੍ਹਾ ਤੇ ਪ੍ਰਭਾਤ ਫੇਰੀ ਵਿੱਚ ਆਉਣ ਵਾਲੀ ਸਾਧ ਸੰਗਤ ਲਈ ਵੱਖ ਵੱਖ ਪ੍ਰਕਾਰ ਦੀਆਂ ਸੇਵਾਵਾਂ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਅਤੇ ਦਿਲੋਂ ਸੇਵਾਵਾਂ ਕਰਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ। ਇਲਾਕੇ ਦੇ ਮਸ਼ਹੂਰ ਰਾਗੀ ਭਾਈ ਜਗਸੀਰ ਸਿੰਘ ਖਾਲਸਾ ਵੱਲੋਂ ਪੰਜੇ ਦਿਨ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਇਲਾਹੀ ਬਾਣੀ ਨਾਲ ਜੋੜਿਆ। ਨਗਰ ਦੇ ਦੋਵੇਂ ਸਰਪੰਚ ਸਰਬਜੀਤ ਸਿੰਘ ਸ਼ੰਭੂ ਅਤੇ ਅਰੁਣ ਕੁਮਾਰ ਅੱਪੂ ਵੱਲੋਂ ਜਿੱਥੇ ਗੁਰਦੁਆਰਾ ਕਮੇਟੀ ਦਾ ਭਰਪੂਰ ਸਹਿਯੋਗ ਕੀਤਾ ਗਿਆ, ਉੱਥੇ ਪੰਜੇ ਦਿਨ ਪ੍ਰਭਾਤ ਫੇਰੀਆਂ ਦੌਰਾਨ ਸੰਗਤਾਂ ਦੇ ਨਾਲ ਚੱਲ ਕੇ ਸੇਵਾਵਾਂ ਨਿਭਾਈਆਂ। ਨਗਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅਤੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਸੇਵਾਵਾਂ ਕੀਤੀਆਂ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖਾਲਸਾ ਵੱਲੋਂ ਖਾਸ ਤੌਰ ਤੇ ਸਾਡੇ ਚੈਨਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਸਮੂਹ ਸੰਗਤਾਂ, ਇਲਾਕਾ ਨਿਵਾਸੀਆਂ ਅਤੇ ਸੇਵਾਵਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸੰਗਤਾਂ ਅਤੇ ਵਿਸ਼ੇਸ਼ ਤੌਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਧੰਨਵਾਦ ਕੀਤਾ ਗਿਆ। ਨੂੰ ਮਾਣ ਦਿੱਤਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੁਹਾਨੂੰ ਮਾਣ ਦਿੱਤਾ। ਇਸਤਰੀ ਦੇ ਪ੍ਰਤੀ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹ ਪ੍ਰਚਲਿਤ ਸੀ। ਕੋਈ ਕਹਿੰਦਾ ਸੀ ਇਸਤਰੀ ਤਾਂ ਰੱਬ ਨੂੰ ਮਿਲਣ ਦੇ ਲਈ ਰਾਹ ਦੇ ਵਿੱਚ ਬਹੁਤ ਵੱਡੀ ਰੁਕਾਵਟ ਹੈ, ਕੋਈ ਕਹਿੰਦਾ ਸੀ ਤਾਂ ਵਿਗਿਆੜੀ ਹੈ, ਕੋਈ ਕੁਛ ਕਹਿੰਦਾ ਸੀ, ਕੋਈ ਕਹਿੰਦਾ ਸੀ ਤਾਂ ਘਰ ਦੀ ਚੀਜ਼ ਇਹਨੂੰ, ਜਿਵੇਂ ਘਰੇ ਚੀਜ਼ਾਂ ਪਈਆਂ ਹੁੰਦੀਆਂ, ਬੈੱਡ ਪਾਇਆ, ਅਲਮਾਰੀ ਪਈ ਹੈ, ਟੀਵੀ ਪਿਆ, ਵੀ ਇਹ ਤਾਂ ਘਰ ਦੀ ਚੀਜ਼, ਇਹਨੂੰ ਘਰੇ ਰੱਖੋ ਬਸ। ਚਾਰ ਦੀਵਾਰੀ ਦੇ ਵਿੱਚ ਤੁਹਾਨੂੰ ਇੱਦਾਂ ਰੱਖਿਆ ਜਾਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੀਬੀ ਤੁਹਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ। ਸਤਿਗੁਰੂ ਨੇ ਕਿਹਾ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾ। ਜਿਹੜੇ ਰਾਜੇ ਮਹਾਰਾਜੇ ਯੋਧੇ ਵਾਲੀ ਉਹਨਾਂ ਨੂੰ ਜਨਮ ਦਿੱਤਾ, ਇਸਤਰੀ ਮਾੜੀ ਕਿਵੇਂ ਹੋ ਸਕਦੀ ਹੈ। ਤੇ ਬੀਬੀਆਂ ਨੂੰ ਤੇ ਮਨ ਚ ਰੱਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਦਾ ਦਰ ਛੱਡ ਕੇ ਅਸੀਂ ਕਿਤੇ ਨਾ ਜਾਈਏ। ਜਿਹੜੇ ਗੁਰੂ ਨੇ ਸਾਨੂੰ ਮਾਣ ਬਖਸ਼ਿਆ ਹੋਵੇ, ਵਡਿਆਈ ਬਖਸ਼ੀ ਹੋਵੇ, ਤੇ ਤੁਹਾਡਾ ਮਾਣ, ਸਵੈ ਮਾਣ, ਜਿਹੜੀ ਅਣਖ ਆਜ਼ਾਦੀ ਉਹ ਸਤਿਗੁਰੂ ਨੇ ਬਣਾ ਕੇ ਰੱਖੀ ਹੋਵੇ, ਐਸੇ ਸਤਿਗੁਰੂ ਦਾ ਜਸ ਕਰਦੇ ਸੰਕੋਚ ਨਹੀਂ ਕਰਨਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ। ਚਲੋ ਜੀ ਅੱਗੇ ਚੱਲ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨੇ ਮਿਹਰ ਕੀਤੀ, ਕਿਰਪਾ ਕੀਤੀ, ਜੋ ਹਰੇਕ ਸਾਲ ਆਪਾਂ ਪੰਜ ਪ੍ਰਭਾਤ ਫੇਰੀਆਂ ਰੱਖਦੇ ਹਾਂ ਨਗਰ ਵਿੱਚ। ਸੋ ਇਸ ਸਾਲ ਕੱਲ੍ਹ ਨੂੰ ਤਾਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ ਹੈਗਾ, ਉਹ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਪਾਂ ਪੰਜ ਪ੍ਰਭਾਤ ਫੇਰੀਆਂ ਰੱਖੀਆਂ ਗਈਆਂ ਸੀ। ਅੱਜ ਪੰਜਵੀਂ ਅਤੇ ਅਖੀਰਲੀ ਪ੍ਰਭਾਤ ਫੇਰੀਆਂ ਦੀ ਸਮਾਪਤੀ ਹੋਈ ਆ। ਸੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਸੰਗਤਾਂ ਹਾਜ਼ਰ ਹੋਈਆਂ ਨੇ, ਸਾਡੇ ਵੀਰ ਬਜ਼ੁਰਗ ਬੱਚੇ, ਮਾਈਆਂ ਬੀਬੀਆਂ, ਬੱਚੀਆਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਵੀ ਇੰਨਾ ਸੰਗਤ, ਇੰਨੀ ਇਕੱਠ, ਇੰਨਾ ਸੰਗਤ ਆਈ ਆ, ਮਨ ਦੇ ਵਿੱਚ ਇੰਨੀ ਖੁਸ਼ੀ ਆ, ਖੁਸ਼ੀ ਦੇ ਹੰਝੂ ਆ ਰਹੇ ਆ ਵੀ ਇੰਨੀ ਸੰਗਤ, ਇੰਨਾ ਗੁਰੂ ਦਾ ਪਿਆਰ, ਉਹ ਗੁਰੂ ਦੇ ਪਿਆਰ ਵਿੱਚ ਸਾਰੀਆਂ ਸੰਗਤਾਂ ਪਹੁੰਚੀਆਂ ਨੇ। ਸੋ ਅਸੀਂ ਤਹਿ ਦਿਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਮੀਡੀਆ ਵਾਲੇ ਵੀਰਾਂ ਦਾ, ਲਕਸ਼ਦੀਪ ਦਾ ਅਤੇ ਸਾਡੇ ਗੁਰਪ੍ਰੀਤ ਅਣਖੀ ਜੀ ਦਾ, ਹੋਰ ਸਾਰਿਆਂ ਦਾ ਜਿਨ੍ਹਾਂ ਤੁਸੀਂ
ਪਹੁੰਚੇ ਹੋ। ਸਾਡੇ ਦੋਵੇਂ ਸਰਪੰਚਾਂ ਦਾ ਸਰਬਜੀਤ ਜੀ ਸੰਭੂ ਸਰਪੰਚ ਮਹਿਲ ਕਲਾਂ ਸੋਢੇ, ਬੀਬੀ ਕਰਨਾ ਰਾਣੀ ਸਰਪੰਚ ਮਹਿਲ ਕਲਾਂ ਉਹਨਾਂ ਦਾ ਬੇਟਾ ਅਰਨ ਕੁਮਾਰ ਅੱਪੂ ਜੀ, ਅਤੇ ਅਸੀਂ ਤਹਿ ਦਿਲ ਸਾਰੀਆਂ ਸੰਗਤਾਂ ਵੱਲੋਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਰਪੰਚਾਂ ਨੇ ਸਾਡਾ ਪੂਰਾ ਸਾਥ ਦਿੱਤਾ, ਨਾਲ ਤੁਰੇ ਨੇ ਇਹ ਪ੍ਰਭਾਤ ਫੇਰੀਆਂ ਦੇ ਵਿੱਚ। ਸਾਰਿਆਂ ਨੇ ਸਤਿਗੁਰੂ ਕਿਰਪਾ ਕਰਨ, ਇਹੀ ਅਰਦਾਸ ਬੇਨਤੀ ਆ ਕਿ ਸਤਿਗੁਰੂ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਾਸਤ ਕਰਨ, ਇਸੇ ਤਰ੍ਹਾਂ ਉੱਧਮੱਤੇ ਵੱਲ ਵਾਸਤ ਕਰਨ, ਇਸ ਤਰ੍ਹਾਂ ਅਸੀਂ ਇਕੱਠੇ ਹੁੰਦੇ ਰਹੀਏ ਅਤੇ ਜੋੜ ਮੇਲੇ ਸਤਿਗੁਰਾਂ ਦੇ ਮਨਾਉਂਦੇ ਰਹੀਏ। ਧੰਨ ਗੁਰੂ ਨਾਨਕ ਸਾਹਿਬ ਸਾਰਿਆਂ 'ਤੇ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਸਾਹਿਬ ਜੁੜੇ ਹੋਏ ਨੇ ਸਾਡੇ ਨਾਲ ਮਹਿਲ ਕਲਾਂ ਦੇ, ਜਿਨ੍ਹਾਂ ਨੇ ਪੰਜੇ ਪ੍ਰਭਾਤ ਫੇਰੀਆਂ ਦੇ ਵਿੱਚ ਹਾਜ਼ਰੀ ਲਵਾਈ, ਗੁਰੂ ਦਾ ਜਸ ਪ੍ਰਾਪਤ ਕੀਤਾ। ਸਾਰੀ ਸ਼ਾਂਤਾਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਪੰਜੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਨੀਂਹ ਨੂੰ ਤਿਆਗ ਕੇ ਗੁਰੂ ਚਰਨਾਂ ਨਾਲ ਜੁੜੇ ਨੇ ਅਤੇ ਭਰਾ ਪਿਆਰਿਆਂ ਦੇ ਸਾਹਮਣੇ ਨੇ। ਸਾਰੀ ਸ਼ਾਂਤਾਂ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਮਹਿਲ ਕਲਾਂ ਦਾ ਜੋ ਨਗਰ ਆ, ਨਗਰ ਦਾ ਬਹੁਤ ਪ੍ਰੇਮ ਆ, ਪ੍ਰੇਮ ਦੇ ਕਾਰਨ ਪੰਜ ਦਿਨ ਪ੍ਰਭਾਵ ਫੇਰੀਆਂ ਹੋਈਆਂ ਨੇ, ਬਹੁਤ ਵਧੀਆ ਤਰੀਕੇ ਨਾਲ ਸਾਰਾ ਸੰਪੂਰਨ ਹੋਇਆ ਗਾ। ਸਾਰੀ ਸੰਗਤ ਨੂੰ ਫਤਿਹ ਅਰਜਾ ਦੁਆਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।